بسم اللہ الرحمن الرحیم ویوز السلام علیکم سناؤ کیسے ہو ٹھیک ہو کی حال چال نے سب خیراں نے تو جناب اج ਸਾਡੇ ਕੋਲ ਆ ਗਿਆ جی انڈین سٹارٹر جن نو ਅਸੀਂ ਸੈਲਫ ਵੀ ਕਹਿੰਦੇ ਆ پہلے ਤੁਸੀਂ ਦੇਖਿਆ ਉਹਦਾ ਜਿਹੜਾ ਨਾ ਬوش ਵੀ ਖਰਾਬ ਹੋਇਆ ਏ ਉਹਦਾ ਸਾਈਜ਼ ਵੀ ਖਰਾਬ ਏ ਅੱਜ ਅਸੀਂ ਤੁਹਾਨੂੰ ਜਨਾਬ ਦੱਸਾਂਗੇ ਕਿ ਸਲਫ ਜਿਹੜਾ ਇਹ 스타ਟਰ ਜਿਹੜਾ ਹੁੰਦਾ ਹੈ ਇੰਜਨ ਦੀ ਸਟਾਰਟਿੰਗ ਜਿਹੜੀ ਇਹ ਉਹਦਾ ਬੁਸ਼ ਕਿਸ ਤਰ੍ਹਾਂ ਲਾਈਵ ਹੈ ਤੁਸੀਂ ਸਲਫ ਅਗਰ ਜਾਮ ਹੋਏ ਚੱਕ ਮਾਰੇ ਤੇ ਸਮਝੋ ਉਹਦਾ ਬੁਸ਼ ਖਰਾਬ ਹੈ ਉਸ ਤੋਂ ਇਲਾਵਾ ਆਵਾਜ਼ ਕਰੇ ਸ਼ੋਰ ਕਰੇ ਤਾਂ ਵੀ ਉਹਦਾ ਬੁਸ਼ ਖਰਾਬ ਹੁੰਦਾ ਤੇ ਉਹਦੇ ਬੁਸ਼ ਲਾਉਣ ਦਾ ਤਰੀਕਾ ਜਨਾਬ ਅਸੀਂ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੇ ਵੀਡੀਓ ਪੂਰੀ ਵੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਗਰ ਵੀਡੀਓ ਅੱਛੀ ਲੱਗੇ ਇਹਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਮਿਹਰਬਾਨੀ ਬੋਸ਼ ਨਾਬ ਪਿੱਤਲ ਦੀ ਬਾਰੀ ਚੋਂ ਬੋਸ਼ ਬਣ ਰਿਹਾ ਹੈ ਦੇਖੋ ਤੁਹਾਡੇ ਸਾਹਮਣੇ ਇਸ ਤਰੀਕੇ ਨਾਲ ਇਹਨੂੰ ਜਿਹੜਾ ਨਾ ਬੁਸ਼ ਤਿਆਰ ਕੀਤਾ ਜਾਂਦਾ ਬਾਹਰ ਵਾਲਾ ਸਾਈਜ਼ ਦਾ ਲਿਆ ਜਾਂਦਾ ਫਿਰ ਅੰਦਰ ਵਾਲਾ ਸਾਈਜ਼ ਲਿਆ ਜਾਂਦਾ ਇਸ ਤਰ੍ਹਾਂ ਚੈੱਕ ਕਰ ਲਓ ਟੂਲ ਲਾ ਕੇ ਜਿੱਥੇ ਤੁਹਾਨੂੰ ਪੂਰਾ ਲੱਗੇ ਉੱਥੇ ਜਨਾਬ ਤੁਸੀਂ ਉਹਨੂੰ ਕੱਟ ਕੇ ਇਹ ਬਾਰੀ ਚੂਨ ਬੁਸ਼ ਕੱਟ ਲਿਆ ਬੁਸ਼ ਕੱਟ ਕੇ ਉਹਦਾ ਸਾਈਜ਼ ਕਰਕੇ ਤੇ ਜਿਹੜੀ ਉਹਦੀ ਸਲਫ ਦੀ ਬਾਡੀ ਹੈ ਜੋ ਉਹਦੇ ਵਿੱਚ ਉਹਨੂੰ ਲਾਣਾ ਹੈ ਉਹਦੇ ਵਿੱਚ ਲਾਉਣ ਤੋਂ ਬਾਅਦ ਫਿਰ ਉਹਦਾ ਦੁਬਾਰਾ ਸਾਈਜ਼ ਕਰੋ ਤੇ ਬਿਲਕੁਲ ਜਿਹੜਾ ਨਾ ਉਹ ਪੂਰਾ ਪੂਰਾ ਹੋਏ ਏ ਤੁਹਾਡੇ ਸਾਹਮਣੇ ਬੁਸ਼ तकरीबन ਤਿਆਰ ਹੋ ਹੀ ਗਿਆ ਤੇ ਹੌਨ ਜਿਹੜਾ ਹੈ ਨਾ ਥੋੜਾ ਸਾਰਾ ਜਿਹੜੀ ਕੋ ਕਸਰ ਰਹਿੰਦੀ ਹੈ ਉਹ ਵੀ ਪੂਰੀ ਕਰਕੇ ਬੁਸ਼ ਅਸੀਂ ਠੋਕ ਲਵਾਂਗੇ ਸਲਫਤੀ ਬਾਡੀ ਚ ਬਿਲਕੁਲ ਇਸ ਤਰੀਕੇ ਨਾਲ ਇਹ ਦੇਖੋ ਲੇ ਪੁਰਾਣਾ ਬੁਸ਼ ਕੱਢ ਲੋ ਜਿਸ ਤਰ੍ਹਾਂ ਕਹਿ ਕੱਢਿਆ ਐ ਪੁਰਾਣਾ ਬੁਸ਼ ਐ ਨਵਾਂ ਬੁਸ਼ ਲਵੋ ਜਿਹੜਾ ਤਿਆਰ ਕੀਤਾ ਸੀ ਇਹ ਪੁਰਾਣਾ ਨਵਾਂ ਬੁਸ਼ ਲੈ ਕੇ ਇਹਨਾਂ ਦੇ ਵਿੱਚ ਲਾਵਾਂਗੇ ਇਸ ਤਰੀਕੇ ਨਾਲ ਤੇ ਇਹ ਥੋੜਾ ਸਾਰਾ ਬਾਹਰ ਜ਼ਿਆਦਾ ਹੈ ਅੰਦਰ ਘਾਟੇ ਐਸ ਲਈ ਪੁਰਾਣਾ ਬੁਸ਼ ਦੇ ਉੱਤੇ ਰੱਖ ਕੇ ਇਹਨੂੰ ਬਿਲਕੁਲ ਸੈਂਟਰ ਵਿੱਚ ਕਰ ਲੋ ਇਹ ਸੈਂਟਰ ਚ ਹੋ ਗਿਆ ਥੋੜੀ ਸਾਰੀ ਸਾਈਟ ਹੋਰ ਲਾਓ ਇਹ ਜਿਵੇਂ ਸੈਂਟਰ ਚ ਹੋ ਗਿਆ ਹੂੰ ਇਹਨੂੰ ਇਹਦਾ ਜਿਹੜਾ ਸਾਈਜ਼ ਹੈ ਉਹ ਜਿਹੜੀ ਉਹਦਾ ਆਰਮੇਚਰ ਦਾ ਸਾਈਜ਼ ਉਹਦੇ ਮੁਤਾਬਕ ਕਰਨਾ ਹੈ ਪਹਿਲੇ ਆਰਮੇਚਰ ਬਨੋ ਆਰਮੇਚਰ ਬਨ ਕੇ ਤੇ ਪਿਛਲੀ ਸਾਈਡ ਅਕਸਰ ਕੱਸ ਜਾਂਦੀਆਂ ਨੇ ਤੇ ਹਲਕਾ ਸਾਰਾ ਟੂਲ ਲਾ ਕੇ ਉਹਨੂੰ ਇੱਕ ਲੈਵਲ ਦਾ ਕਰੋ ਤਾਂ ਕਿ ਬੁਸ਼ ਦੇ ਵਿੱਚ ਜਿਹੜਾ ਨਾ ਉਹ ਇਜ਼ੀਲੀ ਫੇਟੋਏ ਇਹ ਤੁਹਾਡੇ ਸਾਹਮਣੇ ਹਲਕਾ ਸਾਰਾ ਇੱਕ ਜਿਹੜੀ ਸਾਈਡ ਬੁਸ਼ ਦੇ ਵਿੱਚ ਜਾਣੀ ਉਹਨੂੰ ਹਲਕਾ ਸਾਰਾ ਟੂਲ ਲਾ ਕੇ ਇੱਕ ਲੈਵਲ ਦੀ ਕਰਨਾ ਹੈ ਇੱਕ ਲੈਵਲ ਦੀ ਕਰਕੇ ਤੇ ਫਿਰ ਜਿਹੜਾ ਹੈ ਉਹਨੂੰ ਦੂਜੀ ਸਾਈਡ ਜਿਹੜੀ ਇਹ ਦੀ ਪਿੱਤਲ ਵਾਲੀ ਜਿਹੜੀ ਉਹ ਨਜ਼ਰ ਆ ਰਹੀ ਹੈ ਤੇ ਉਹ ਨੂੰ ਮੀ ਸਟੂਲ ਆ ਕੇ ਲੈਵਲ ਕਰ ਲਵਾਂ ਕਿਉਂਕਿ ਵੀ ਕਸੀ ਹੁੰਦੀ ਏ ਕਸੀ ਉਹ ਘਸ ਕੇ ਫਿਰ ਉਹ ਤਕਰੀਬਨ ਐਵੇਂ ਟੋਇਆ ਜਾ ਬਣਿਆ ਹੁੰਦਾ ਤੇ ਵਿੱਚ ਤੇ ਇਹ ਟੋਇਆ ਵੀ ਨਿਕਲ ਜਾਂਦਾ ਤੇ ਉਂਝ ਵੀ ਜਿਹੜਾ ਨਾ ਜਿਹੜਾ ਉਹਦੇ ਉੱਤੇ ਕੋ ਗੰਦ ਗੁੰਦ ਕੋ ਜ਼ੰਗ ਜ਼ੁੰਗ ਲੱਗਾ ਹੁੰਦਾ ਵੀ ਲੱਗ ਜਾਂਦਾ ਐ ਸਾਈਡ ਤੇ ਟੂਲ ਲੱਗ ਗਿਆ ਤੇ ਦੂਸਰੀ ਸਾਈਡ ਤੇ ਬੰਨ ਲਵਾਂ ਇਹ ਦੇਖੋ ਦੂਸਰੀ ਸਾਈਡ ਤੇ ਬੰਨ ਕੇ ਤੇ ਇਹਨੂੰ ਵੀ ਜਿਹੜਾ ਨਾ ਕੋਸ਼ਿਸ਼ ਕਰਵਾਨੂੰ ਸੰਤਰ ਤੋਂ ਸੰਤਰ ਬੰਨੋ ਸੰਤਰ ਤੋਂ ਸੰਤਰ ਬੰਨੋਗੇ ਤੇ ਜਿਹੜਾ ਰੂਟਰ ਏ ਉਹ ਬਿਲਕੁਲ ਜਿਹੜਾ ਨਾ ਟੱਚ ਨਹੀਂ ਹੋਏਗਾ ਟੇੜਾ ਨਹੀਂ ਚੱਲੇਗਾ ਅਗਰ ਟੇੜਾ ਹੋਏਗਾ ਤੇ ਤੁਹਾਨੂੰ ਇੱਥੇ ਪਤਾ ਚੱਲ ਜਾਏਗਾ ਉਹਨੂੰ ਵੀ ਹਲਕਾ ਜਿਹੜਾ ਨਾ ਐਵੇਂ ਸਫਾਈ ਦੇ ਟੂਲ ਲਾ ਕੇ ਤੇ ਉਹਨੂੰ ਵੀ ਲੈਵਲ ਕਰ ਲਓ ਲੇਕਿਨ ਇਹ ਬਿਲਕੁਲ ਠੀਕ ਹੈ ਇਹਨੂੰ ਜ਼ਰੂਰਤ ਨਹੀਂ ਟੂਲ ਲਾਣ ਦੀ ਲਿਹਾਜ਼ਾ ਇਹਦਾ ਅੱਗੇ ਪਿੱਛੇ ਵਾਲਾ ਹੀ ਆ ਦੇਖੋ ਦੇਖਿਆ ਕਿੰਨਾ ਹੈ ਖਰਾਬ ਸੀ ਹੁਣ ਅਸਾਂ ਬੰਨ ਲਈਏ ਉਹਦੀ ਬਾਡੀ ਉਹਦੀ ਬਾਡੀ ਸਲਫ ਦੀ ਬਾਡੀ ਜਿਹਦੇ ਵਿੱਚ ਜਿਹੜਾ ਨਾ ਬੁਸ਼ ਜਿੱਥੇ ਠੋਕਿਆ ਸੀ ਉਹ ਵੇ ਉਹਦੇ ਵਿੱਚ ਹੁਣ ਅਸੀਂ ਇਹਦਾ ਸਾਈਜ਼ ਪੂਰਾ ਕਰਾਂਗੇ ਬਿਲਕੁਲ ਪੂਰਾ ਪੂਰਾ ਨਾ ਹੀ ਜ਼ਿਆਦਾ ਟਾਈਟ ਤੇ ਨਾ ਹੀ ਜ਼ਿਆਦਾ ਲੂਜ਼ ਤਕਰੀਬਨ ਇੱਕ ਦੋ ਟੂਲ ਕਿਉਂ ਪਹਿਲੇ ਪੂਰਾ ਕਰਕੇ ਅਸੀਂ ਠੋਕਿਆ ਸੀ ਵਿੱਚ ਤੇ ਠੋਕਣ ਦੀ ਵਜ੍ਹਾ ਤੋਂ ਵੀ ਟਾਈਟ ਹੋ ਸਕਦਾ ਹੈ ਤੇ ਇਹ ਦੇਖੋ ਜੀ ਉਹ ਟੂਲ ਆਇਆ ਤੇ ਉਹਦਾ ਸਾਈਜ਼ ਦੁਬਾਰਾ ਪੂਰਾ ਕੀਤਾ ਹਲਕਾ ਜਿਹਾ ਨਮੂਬਲੇ ਲਾਓ ਨਮੂਬਲੇ ਲਾ ਕੇ ਤੇ ਇਹਨੂੰ ਜਿਹੜਾ ਨਾ ਤੁਸੀਂ ਇਹ ਦੇਖੋ ਜੀ ਇਹ ਤੁਹਾਡਾ ਪੁੱਛ ਲੱਗ ਗਿਆ ਜੀ ਹੁਣ ਅੱਲਾ ਦਾ ਨਾਮ ਲਵੋ ਤੇ ਅੱਲਾ ਖੈਰ ਕਰੇ ਜੋੜਾ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਰੋ ਅੱਲਾ ਹਾਫਿਜ਼ ਅੱਲਾ ਨਿਗੇਬਾਨ